ਜੀ ਸਾਥ ਸ਼੍ਰੀ ਅਗਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੀ ਸਰੋਤਿਆਂ ਨੂੰ ਜੀ ਆਇਆਂ ਨੂੰ ਹੁਣੇ-ਹੁਣੇ ਇੱਥੇ ਖੜੀਆਂ ਖਲੋਤੀਆਂ ਚਾਰ ਕੁੜੀਆਂ ਨੂੰ ਇੰਜ ਮਿਲੀ ਦਰਦਨਾਕ ਮੌਤ ਦੇ ਕੇ ਹਰ ਕਿਸੇ ਦੀ ਉੱਡੇ ਹੋਸ਼ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਹਰਿਆਣਾ ਦੇ ਮਤਾਬ ਜ਼ਿਲ੍ਹੇ 'ਚ ਇੱਕ ਭਿਆਨਕ ਦਰਦਨਾਖਾਸ ਤੇ ਮਿੱਟੀ ਦੀਆਂ ਡਿੱਗਾ ਡਿੱਗਣ ਕਾਰਨ ਚਾਰ ਲੜਕੀਆਂ ਦੀ ਮੌਕੇ ਤੇ ਮੌਤ ਹੋ ਗਈ ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਕੜਨਾਵਸਿੰਮਾਪਰੀ ਜਦੋਂ ਮਿੱਟੀ ਲੈਣ ਗਈਆਂ ਸਨ ਕੱਟਣਾਂ ਤੋਂ ਬਾਅਦ ਮੌਕੇ ਤੇ ਹੜਕੰਪ ਮੱਚ ਗਿਆ ਤੇ ਲੋਕਾਂ ਦੀ ਭੀੜ ਇਕੱਠੀ ਮ੍ਰਿਤਕ ਲੜਕੀਆਂ ਦੀ ਉਮਰ 20 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ ਇਸ ਦੌਰਾਨ ਸਥਾਨਕ ਲੋਕਾਂ ਨੇ ਭੱਜ ਕੇ ਲੜਕੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ ਦਰਅਸਲ ਸੋਮਵਾਰ ਨੂੰ ਵਕੀਲਾ 19 ਸਾਲ ਜਾਨਸੀ ਤਾ 18 ਸਾਲ ਤਸਲੀਮਾ 10 ਸਾਲ ਗੁਲਾਫਸ਼ਾ 9 ਸਾਲ ਸੋਫੀਆ 9 ਪੰਚਾਇਤੀ ਜਗ੍ਹਾ ਤੋਂ ਮਿੱਟੀ ਗੱਠੀ ਕੰਢ ਗਈਆਂ ਸਨ ਅਚਾਨਕ ਮਿੱਟੀ ਡਿੱਗਣ ਕਾਰਨ ਭਿਆਨ ਖਾਸਾ ਵਾਪਰ ਗਿਆ ਇਸ ਵਿੱਚ ਚਾਰ ਲੜਕੀਆਂ ਦੀ ਮੌਤ ਹੋ ਗਈ ਜਦਕਿ ਮਹਿਲਾ ਨੂੰ ਜ਼ਖਮੀ ਹਾਲਤ ਹਸਪਤਲ ਜਾਇਆ ਗਿਆ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਚ ਲੈ ਲਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਖਬਰ ਨੂੰ ਲਾ ਸਕਦੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ